ਇੱਕ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਾਮਲਾ ਮੁਹਾਲੀ ਦੇ ਪਿੰਡ ਬਲੌਂਗੀ ਦਾ ਹੈ। ਪਤੀ ਸ਼ੱਕ ਕਰਦਾ ਸੀ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਸੰਬੰਧ ਨੇ। ਇਸ ਨੂੰ ਲੈ ਕੇ ਅਕਸਰ ਘਰ 'ਚ ਝਗੜਾ ਵੀ ਹੁੰਦਾ ਸੀ। ਅੱਜ ਇਹ ਝਗੜਾ ਇੰਨਾ ਵੱਧ ਗਿਆ ਕਿ ਪਤੀ ਨੇ ਆਪਣੀ ਪਤਨੀ ਨੂੰ ਡੰਡੇ ਮਾਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮੰਮਾ ਨੇ ਬੋਲਾ ਥਾ ਨਾ ਕਿ ਨਾ ਉੱਪਰ ਕੱਪੜੇ ਫਲਾਓ, ਮੈਂ ਉੱਪਰ ਕੱਪੜੇ ਫਲਾਣੇ ਗਏ ਤਾਂ ਆਈ ਦੇਖਾ ਮੰਮੀ ਬਹੁਤ ਚੀਕ ਰਹੇ ਤੇ ਗੇਟ ਬੰਦ ਥਾ, ਪਾਪਾ ਨੇ ਮੰਮੀ ਕੋ ਬਹੁਤ ਮਾਰਾ ਬੜੇ किससे मारा? बड़े डंडे से। अच्छा, तो उसके बाद क्या हुआ? उसके बाद तो दरवाजा खोला, कपड़े पहने थे, दरवाजा खोल के बोले कि इसको मैंने बहुत बोला था, बहुत वार्निंग दी थी, बोल के फिर चले गए। पहला तो आपस दे विच मियां बीवी दा झगड़ा चलदा, ते अज झगड़ा मतलब इन्ना वध गया कि इहदे विच लेडी दी मौत हो गई। जिहड़ी मृतक हैगी किन्नी उमर दी सी? ਇਹ 35 ਤੋਂ 37 ਸਾਲ ਦੇ ਵਿੱਚ ਵਿੱਚ ਦੀ। ਕਿੰਨੇ ਬੱਚੇ ਹੈਗੇ ਨੇ? 4 ਬੱਚੇ ਜੀ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਰੋਪੀ ਪਤੀ ਫਰਾਰ ਹੋ ਗਿਆ ਸੀ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।